ਇਹ ਬਣੀ ਉਹ ਗੱਲ ਗਾਈ ਕਿ ਸਿਆਣੇ ਕਹਿੰਦੇ ਮੁਹਾਲ ਬਣੀ ਹੈ ਕਿ ਆਪੇ ਪਕਾਓ ਅਤੇ ਆਪੇ ਹੀ ਖਾਓ ਭਈਆ ਫਿਰ ਟੀਚਰ ਹਾਂ ਟੀਚਰ ਨੂੰ ਮਿੱਚਰ ਕਿਉਂਕਿ ਇਹਨੂੰ ਇਸ ਚੀਜ਼ ਨੂੰ ਇੱਕ ਹੋਣਾ ਚਾਹੀਦਾ ਸਿਆ ਜਗ੍ਹਾ ਮੈਨੂੰ ਤਾਂ ਜਦੋਂ ਵੀ ਫਾਇਰ ਟਕੜਿਆ ਨਾ ਬਜ਼ੁਰਗ ਹੀ ਟਕੜੇ ਆ ਲੇਕਿਨ ਮੈਂ ਗੱਲ ਕੋਈ ਨਹੀਂ ਕੀਤੀ ਮੈਂ ਇੰਨਾ ਹੀ ਗੱਲ ਕਹੀ ਮੈਂ ਕਿਹਾ ਬਜ਼ੁਰਗ ਕੁਛ ਤਾਂ ਖਿਆਲ ਕਰੋ ਅਸਲਾਮੁਅਲੈਕੁਮ ਗਾਇਜ਼, ਮੈਂ ਮੁਹੰਮਦ ਨਈਮਰ, ਤੁਸੀਂ ਦੇਖ ਰਹੇ ਹੋ ਪੰਜਾਬੀ ਵਲੌਗ 133 ਯੂਟਿਊਬ ਚੈਨਲ ਤੋਂ ਔਰ ਫੇਸਬੁੱਕ ਪੇਜ ਤੋਂ ਇਸੇ ਨਾਮ ਤੋਂ। ਉਮੀਦ ਕਰਦਾ ਹਾਂ ਕਿ ਸਫ਼ਰ ਅਫਲੇਤ ਨਾ ਹੋਵੋਗੇ ਔਰ ਅੱਜ ਦੀ ਵੀਡੀਓ ਬਹੁਤ ਹੀ ਮਜ਼ੇਦਾਰ ਬਣਨ ਵਾਲੀ, ਬਹੁਤ ਹੀ ਫਨੀ ਔਰ ਇੰਟਰਸਟਿੰਗ ਬਣਨ ਵਾਲੀ ਹੈ। ਕੀ ਹੈ ਐਸਾ ਵੀਡੀਓ ਦੇ ਵਿੱਚ, ਤੁਸੀਂ ਜੁੜੇ ਰਹਿਣਾ ਵੀਡੀਓ ਦੇ ਨਾਲ ਔਰ ਦੇਖਣਾ ਵੀਡੀਓ ਨੂੰ ਐਂਡ ਤੱਕ ਔਰ ਫਿਰ ਦੱਸਣਾ ਕਿ ਵੀ ਤੁਹਾਨੂੰ ਅੱਜ ਦੀ ਵੀਡੀਓ ਕੈਸੀ ਲੱਗੀ। ਹਾਂਜੀ ਗਾਇਜ਼, ਇਹ ਮਸ਼ੀਨ ਲਾ ਦਿੱਤੀ ਅੱਜ, ਠੀਕ ਹੈ। ਹੁਣ ਬਿਸਮਿਲ੍ਲਾ ਪੜ੍ਹਨੇ, ਮਸ਼ੀਨ ਨੂੰ ਕੱਪੜੇ ਵਿੱਚ ਪਾ ਦਿੱਤੇ ਨੇ ਅਤੇ ਆਪਾਂ ਖੈਰ ਕਰੇ ਇਹਨੂੰ ਦੇ ਦਿੱਤਾ ਗੇੜਾ। ਅੱਜ ਜ਼ਿੰਦਗੀ 'ਚ ਪਹਿਲੀ ਵਾਰੀ ਵਾਸ਼ਿੰਗ ਮਸ਼ੀਨ 'ਤੇ ਕੱਪੜੇ ਧੋਣ ਲੱਗਾ। ਸਾਹਮਣੇ ਮਤਲਬ ਸਾਡਾ ਵਾਸ਼ਰੂਮ ਹੈ, ਨਾਲ ਇੱਥੇ ਮਸ਼ੀਨ ਲਾ ਦਿੱਤੀ ਅਤੇ ਅੱਲਾ ਅੱਲਾ ਤਾਂ ਖੈਰ ਸੱਲਾ। ਮੈਂ ਹੁਣ ਚੱਲਿਆ ਜੀ, ਮਹਿਮਾਨ ਆਏ ਨੇ ਅਤੇ ਉਹਨਾਂ ਨੂੰ ਕਰ ਲਊਂਗਾ ਰਸੀਦ ਚੱਲ ਕੇ। ਦੁਪਹਿਰ ਦਾ ਟਾਈਮ, ਦੁਪਹਿਰ ਵੀ ਕਾਫੀ ਹੈ ਅਤੇ ਮੈਂ ਤਾਂ ਦੁਪਹਿਰ ਦੇ ਵਿੱਚ ਨਾ ਆਪਣੇ ਆਪ ਜਿਹੜਾ ਨਾ ਸਾਰੇ, ਬਲਕਿ ਇਸ ਗਰਮੀ ਦੇ ਵਿੱਚ ਆਪਣੇ ਆਪ ਖੁਦ ਨੂੰ ਬਚਾਓ। ਮੇਰੇ ਕੋਲ ਹੈਲਮਟ ਨਹੀਂ ਹੈ, ਲੇਕਿਨ ਮੈਂ ਜਾਣਾ ਮੇਰੇ ਕੋਲ ਗਰੀਬ ਤੋਂ ਇਸ ਤਰ੍ਹਾਂ ਹੈਲਮਟ ਨਹੀਂ ਪਾ ਕੇ ਜਾ ਰਿਹਾ। ਸਮਝ ਰਹੇ ਹੋ, ਸਮਝ ਰਹੇ ਹੋ ਆਪ, ਸਮਝ ਰਹੇ ਹੋ। ਔਰ ਦਸਤਾਨੇ ਮੇਰੇ ਹੈਗੇ ਨੇ, ਲੇਕਿਨ ਮੈਨੂੰ ਲੱਭ ਨਹੀਂ ਰਹੇ, ਠੀਕ ਹੈ। ਔਰ ਪੈਰਾਂ ਵਾਸਤੇ ਮੈਂ ਦੇਖੋ ਪਾ ਲਏ ਬੂਟ, ਕਿਉਂਕਿ ਆਪਣੇ ਆਪ ਨੂੰ ਬਚਾਓ। ਇਹ ਗਰਮੀ ਜਿਹੜੀ ਹੈ ਨਾ ਬਹੁਤ ਤੇਜ਼ ਹੈ, ਕਿਤੇ ਵੀ ਕਿਸਮ ਦੇ ਸਿਰ ਨੂੰ ਪੈ ਜਾਵੇ ਤਾਂ ਬੰਦਾ ਮਤਲਬ ਗਰਮੀ ਦੇ ਵਿੱਚ ਬਿਮਾਰ ਹੋ ਸਕਦਾ। ਮਹਿਮਾਨ ਕੌਣ ਨੇ, ਵਿਖਾਉਂਦੇ ਆ, ਵੇਟ ਕਰੋ, ਚੱਲ ਕੇ ਨਾਲ ਰਿਸੀਵ ਕਰਨੇ, ਨਾਲ ਲੈ ਕੇ ਨਾਲ ਤੁਹਾਨੂੰ ਵਿਖਾਉਂਦੇ ਮਹਿਮਾਨ। ਬਾਕੀ ਤੁਹਾਡਾ ਵੀ ਹਮ ਕੋਈ ਸਾਹਸ ਹੈਗਾ ਜੀ, ਇਹ ਹੈ ਜੀ ਸਮਾਨ ਭਈਆ, 1 ਲੱਖ ਦਾ ਮਾਲ ਹੈ। ਮਾਸ਼ਾ ਅੱਲਾਹ, ਮਾਸ਼ਾ ਅੱਲਾਹ, ਚਲੋ ਕੋਈ ਕੋਈ ਕਰਨੇ ਆ ਜਾਓ, ਅੱਲਾਹ ਖੈਰ ਕਰੇ। ਐਵੇਂ ਦੁੱਧ ਦੇ ਦੇ 1/2 ਕਿਲੋ ਫਟਾਫਟ, ਮਹਿਮਾਨਾਂ ਨੂੰ ਪਿਆਈ ਆ ਲੱਸੀ। ਇਹ ਬਣੀ ਉਹ ਗੱਲ ਗਾਈ ਕਿ ਸਿਆਣੇ ਕਹਿੰਦੇ ਮੁਹਾਲ ਬਣੀ ਹੈ ਕਿ ਆਪੇ ਪਕਾਓ ਅਤੇ ਆਪੇ ਹੀ ਖਾਓ। ਹੁਣ ਸਮਾਨ ਭਈਆ ਤਾਂ ਮੈਂ ਹੀ ਆਪੇ ਮਤਲਬ ਮਹਿਮਾਨ ਨਵਾਜੀ ਨਹੀਂ ਕਰਾਂਗੇ ਅਤੇ ਲਾੜੀ ਮੇਜ਼ਬਾਨੀ ਵੀ ਕਰਾਂ। ਮੈਂ ਲਿਆਵਾਂ ਪਵਾ, ਲਿਆਵਾਂ ਪਹਿਲਾਂ ਕੀ ਫਿਰ ਜਾਮੇ ਸ਼ੀਰੀ, ਤੁਸੀਂ ਹੁਣ ਕਰੋ ਇਹ ਕਰੋ ਵੀ ਲਵੋ ਅਤੇ ਮੈਂ ਨਾ ਤੁਹਾਡਾ ਉਹ ਕਰਾਂ, ਤੋੜੇ ਵਾਲਾ ਨਿਜ਼ਾਮ ਸੰਭਾਲ ਕੇ ਆਵਾਂ, ਠੀਕ ਹੋ ਗਿਆ। ਤੁਸੀਂ ਇਹ ਬਣਾਓ, ਤੁਹਾਨੂੰ ਦੇਰ ਨੂੰ ਮੈਂ ਆਇਆ ਹੈ। ਸਾਹਮਣੇ ਗੱਠ ਉਸਮਾਨ ਭਾਈ ਲੈ ਕੇ ਆਏ ਨੇ ਕੱਪੜਿਆਂ ਦੀ, ਅਤੇ ਇਹਨਾਂ ਦੀ ਵਿਅਤ ਮਤਲਬ ਨਾ ਉਹ ਉੱਪਰ ਨਹੀਂ ਸੀ ਜਾ ਰਹੇ, ਕਹਿੰਦੇ ਸੀ ਇਹਨੂੰ ਨਾ ਥੱਲੇ ਕਿਤੇ ਰਖਾ ਦਈਏ, ਫਿਰ ਇੱਥੇ ਹੁਣ ਰਖਾਉਂਦੇ ਹਾਂ ਬੈਠਕ ਦੇ ਵਿੱਚ, ਅੱਲਾ ਖੈਰ ਕਰੇ। ਲਓ ਜੀ, ਵਾਸ਼ਿੰਗ ਮਸ਼ੀਨ ਦਾ ਫਾਇਦਾ ਤਾਂ ਹੈ, ਇਹ 2 ਸੂਟ ਇੱਕ ਇਹ ਵਾਲਾ ਔਰ ਇੱਕ ਹੈ ਪਿਛਲੀ ਸਾਈਡ 'ਤੇ, 2 ਸੂਟ ਧੋ ਕੇ ਪਾ ਦਿੱਤੇ ਆ ਅਤੇ ਦੂਸਰਾ ਪਰਾਗਾ ਪਾਇਆ ਹੋਇਆ ਮਤਲਬ ਮਸ਼ੀਨ 'ਚ ਲਗਾਇਆ, ਬਸ ਵੀ ਪੂਰਾ ਹੋ ਚੱਲਿਆ, ਅੱਲਾ ਖੈਰ ਕਰੇ। ਮਸ਼ੀਨ ਚ ਪਾ ਕੇ ਤੇ ਚਲਾ ਗਿਆ ਮੈਂ ਮਹਿਮਾਨਾਂ ਲੈਣ ਵਾਸਤੇ, ਮਹਿਮਾਨਾਂ ਲੈ ਕੇ ਆਇਆ, ਪਾਣੀ ਸ਼ਾਣੀ ਬਣਾਇਆ, ਪਾਣੀ ਮੈਂ ਉਹਨੂੰ ਪਿਆਇਆ, ਉਸ ਬਾਅਦ ਆਣ ਕੇ ਪਹਿਲਾਂ ਪਰਾਗਾ ਕੱਢ ਕੇ ਮਤਲਬ ਹੰਢਾਲ ਕੇ ਪਾਣੀ 'ਚ ਤਾਰ ਤੇ, ਪਰ ਦੂਸਰਾ ਪਰਾਗਾ ਜਿਹੜਾ ਉਹ ਬਸ ਤਕਰੀਬਨ ਉਹ ਵੀ ਫਾਈਨਲ ਹੋਣ ਵਾਲਾ, ਬਸ ਉਹ ਜਿਵੇਂ ਫਾਈਨਲ ਹੁੰਦਾ ਤੇ ਉਹਨੂੰ ਤਿਆਰ ਹੋ ਗਈ ਹੈਗੀ, ਲਾਪੀ ਆਵਾਜ਼ਾਂ ਮਾਰਨ ਕਹਿੰਦੀ ਕਿ ਆ ਜਾਓ ਮੇਰੇ ਕੋਲ, ਮੈਂ ਬਿਲਕੁਲ ਬਸ ਕੰਮ ਕੰਪਲੀਟ ਕਰਤਾ।
ਉਸਮਾਨ ਭਾਈ ਪੜ੍ਹ ਰਹੇ ਨਮਾਜ਼ ਨਮਾਜ਼ ਜ਼ੁਹਰ ਅਤੇ ਮੈਂ ਨਾ ਥੋੜ੍ਹੀ ਦੇਰ ਮਤਲਬ ਫਟਾਫਟ ਕੱਪੜੇ ਹੰਗਾਲ ਲਵਾਂ ਅਤੇ ਫਿਰ ਜਾਵਾਂ ਉਹਨਾਂ ਦਾ ਖਾਣੇ ਦਾ ਇੰਤਜ਼ਾਮ ਕਰਨ ਅੱਲਾ ਪਿਆਰ ਕਰੇ। ਅੱਜ ਮੇਰੇ ਕੋਲ ਕਿਉਂਕਿ ਲਾਈਵ ਸੈਸ਼ਨ ਵੀ ਨਹੀਂ ਕੀਤਾ ਜਾਣਾ ਇਸੇ ਵਜ੍ਹਾ ਤੋਂ ਮਹਿਮਾਨਾਂ ਦੀ ਥੋੜ੍ਹਾ ਜਿਹਾ ਕਿਉਂਕਿ ਕਾਫੀ ਦਿਨਾਂ ਦਾ ਬਿਜਲੀ ਦੁਪਹਿਰ ਚਲੀ ਜਾਂਦੀ ਅਸੀਂ ਬਿਜਲੀ ਵੀ ਇੰਨੀ ਗਈ ਅਤੇ ਮੈਂ ਕਿਹਾ ਚਲਾ ਜਾਣਾ ਮੈਂ ਵਾਸ਼ਿੰਗ ਮਸ਼ੀਨ ਲਾ ਕੇ ਕੱਪੜੇ ਧੁਲਵਾਉਣਾ ਕਾਫੀ ਦਿਨਾਂ ਦੇ ਜਮ੍ਹਾਂ ਹੋ ਰਹੇ ਸੀ ਹੈ ਇਕੱਲੇ ਹਾਂ ਅਤੇ ਇਕੱਲੇ ਹਰ ਤੁਹਾਨੂੰ ਪਤਾ ਕੰਮ ਔਖਾ ਵੀ ਹੁੰਦਾ ਲੇਕਿਨ ਇੱਕ ਵਾਸ਼ਿੰਗ ਮਸ਼ੀਨ ਦੀ ਵਜ੍ਹਾ ਤੋਂ ਮੈਨੂੰ ਥੋੜ੍ਹੀ ਜਿਹੀ ਅੱਜ ਕਾਫੀ ਹੈਲਪ ਹੋ ਗਈ। ਹੁਣ ਚੱਲਿਆ ਜੀ ਮੈਂ ਕਿਹਾ ਜ਼ਰਾ ਸਮਾਨ ਭਈਆ ਵਾਸਤੇ ਲੈ ਆਈਏ ਕੋਈ ਖਾਣਾ ਜੋ ਦੁਪਹਿਰ ਦਾ ਟਾਈਮ ਹੈ ਅਤੇ ਮੈਂ ਤਾਂ ਵੈਸੇ ਨਹੀਂ ਖਾਂਦਾ ਅਤੇ ਚਲੋ ਹਾਂ ਮਹਿਮਾਨ ਨੇ ਆਏ ਨੇ ਫਿਰ ਉਹਨਾਂ ਸਫ਼ਰ ਵੀ ਕਰਨਾ ਨੈਕਸਟ। ਚਲੋ ਗਾਇਸ ਹਾਂਜੀ ਇਹ ਵੇਖੋ ਜੀ ਫਿਰ ਇਹ ਹੈ ਸਾਡੇ ਛੜਿਆਂ ਦਾ ਖਾਣਾ ਡਿਸ਼ ਆਊਟ ਛੜਿਆਂ ਤੋਂ ਬਰਾਤ ਕਿਉਂਕਿ ਹੁਣ ਸਮਾਨ ਬਾਈ ਵੈਸੇ ਛੜੇ ਸਰੀਰ ਸੁਣਦੇ ਮਾਸ਼ਾਅੱਲਾ ਅਸੀਂ ਹੁੰਦਿਆਂ ਸੁਣਦਿਆਂ ਸਿੰਗਲ ਹੋ ਗਏ ਅੱਜ ਅੱਲਾ ਖੈਰ ਕਰੇ ਬਸ ਇੱਦਾਂ ਹਲਕਾ ਫੁਲਕਾ ਆਪਣਾ ਕੰਮ ਚਲਾਉਂਦੇ ਹਾਂ ਨਵੇਂ ਤਾਂ ਨਹੀਂ ਕਿਸੇ ਨੇ ਕਿਹਾ ਵੀ ਛੜਿਆਂ ਦੀ ਰੰਨਾ ਵਾਲਿਆਂ ਦੇ ਪੱਕਣ ਪਰੌਂਠੇ ਦੇ ਛੜਿਆਂ ਦੀ ਅੱਗ ਨਾ ਬਲੇ ਸਾਡੀ ਅੱਗ ਇੰਝ ਦੀ ਬਲਦੀ ਪਈ ਹੈ ਇੱਕ ਮੌਸਮ ਦੀ ਅੱਗ ਇੰਨੀ ਤੇਜ਼ ਹੈ ਉੱਤੋਂ ਬਸ ਸਾਡਾ ਫਿਰ ਦੇਸੀ ਟਟਕਾ ਕੰਮ ਖਾਣਾ ਖਾਂਦੇ ਆਓ ਬਿਸਮਿਲਲਾ ਸਾਲਾਂ ਦਾ ਰੋਟੀ ਲਿਆਂਦਾ ਹੋਟਲ ਤੋਂ ਬਾਜ਼ਾਰੀ ਖਾਣਾ ਚਲੋ ਉਹਦੀ ਗਾਇਜ਼ ਰੋਟੀ ਖਾਧੀ ਰੋਟੀ ਤੋਂ ਬਾਅਦ ਹੁਣ ਇਹ ਹੈ ਜੀ ਇਹਨੂੰ ਉਸਮਾਨ ਬਾਈ ਕਹਿੰਦੇ ਹੁੰਦੇ ਟਿਚਣ ਮਿਚਣ ਮਤਲਬ ਯਾਨੀ ਕਿ ਨਾਲ ਜਿਹੜਾ ਕੋਈ ਇਜ਼ਾਫੀ ਚੀਜ਼ ਕਰਨੀ ਹੋਵੇ ਨਾ ਉਹਨਾਂ ਫਿਰ ਕਹਿੰਦੇ ਟਿਚਣ ਮਿਚਣ ਹੁਣ ਉਸਮਾਨ ਬਾਈਆ ਕਰ ਰਹੇ ਟਿਚਣ ਅਤੇ ਮਿਚਣ ਤੁਸੀਂ ਖਾਣਾ ਚਾਹੁੰਦੇ ਹੋ ਤਾਂ ਆਓ ਬਿਸਮਿਲਲਾ ਠੀਕ ਹੈ ਜੀ ਜਿਹੜਾ ਖਾਣਾ ਚਾਹੇ ਹਾਜ਼ਰੀ ਜ਼ਰੂਰ ਆਪਣੀ ਲਵਾ ਸਕਦਾ ਟਿਚਣ ਹਾਂ ਟਿਚਣ ਮਿਚਣ ਕਿਵੇਂ ਬਈਆ ਫਿਰ ਟਿਚਣ ਹਾਂ ਟਿਚਣ ਮਿਚਣ ਪਹਿਲੇ ਗੁਲਫਾ ਖਾਧਾ ਸੀ ਉਦੋਂ ਅਤੇ ਹੁਣ ਅੱਜ ਫਿਰ ਸਮੋਸਿਆਂ ਦਾ ਟਿਚਣ ਮਿਚਣ ਉਹ ਖਾਧਾ ਲਈਆ ਦੇ ਵਿੱਚ ਇਹ ਖਾ ਰਹੇ ਹਾਂ ਰਹੀਮ ਯਾਰ ਖਾਨ ਦੇ ਵਿੱਚ ਹੋ ਗਿਆ ਫਿਰ ਪਾ ਜੀ ਸਾਨੂੰ ਫਿਰ ਹੁਣ ਇਜਾਜ਼ਤ ਸਾਡੀ ਹੁਣ ਮਜਬੂਰੀ ਹੈ ਸਾਨੂੰ ਹੁਣ ਜਾਣਾ ਪੈਣਾ ਤੁਹਾਨੂੰ ਇੱਦਾਂ ਹੀ ਛੱਡ ਦਿਓ ਠੀਕ ਹੈ ਜੀ ਅਤੇ ਅੱਲਾ ਖੈਰ ਕਰੇ ਅੱਲਾ ਪਾ ਤੁਹਾਨੂੰ ਆਪਣੀ ਜ਼ਮਾਨ 'ਚ ਪਹੁੰਚਾਵੇ ਕਾਰ ਫਿਰ ਇਸ ਜਾਣ ਲੱਗੇ ਵੀ ਦੱਸ ਦਿਓ ਤੇ ਉੱਥੇ ਪਹੁੰਚ ਗਏ ਫਿਰ ਦੱਸ ਦਿਓ ਠੀਕ ਹੋ ਗਿਆ ਅੱਲਾ ਖੈਰ ਕਰੇ ਠੀਕ ਹੋ ਗਿਆ ਇਨਸ਼ਾਅੱਲਾ ਦੱਸ ਲੈਣ ਦੀ ਵਜ੍ਹਾ ਵੀ ਇਹ ਹੈ ਕਿ ਮੈਂ ਚੱਲਿਆ ਡਿਊਟੀ 'ਤੇ ਉਸਮਾਨ ਭਾਈ ਘਰ ਹੀ ਨੇ ਕਿਉਂਕਿ ਮੇਰੀ ਡਿਊਟੀ 6 ਵਜੇ ਸਟਾਰਟ ਹੋ ਜਾਂਦੀ ਹੈ ਔਰ ਉਸਮਾਨ ਭਾਈ ਨੇ ਜਾਣਾ ਤਕਰੀਬਨ 9 ਵਜੇ ਅਤੇ ਫਿਰ ਹੁਣ ਮੈਂ ਨਾ ਕਿਸੇ ਨੂੰ ਫੋਨ ਕਰਾਂਗਾ ਅਕਬਰ ਭਾਈ ਨੂੰ ਜਾਂ ਫਿਰ ਜਿਹੜੇ ਮੇਰੇ ਮਾਲਕ ਮਕਾਨ ਨੇ ਭਾਈ ਮੁਸਤਫਾ ਉਹਨਾਂ ਨੂੰ ਕਾਲ ਕਰਾਂਗਾ ਫਿਰ ਉਸਮਾਨ ਭਾਈ ਨੂੰ ਛੱਡ ਆਉਣਗੇ। ਮੈਂ ਦੇਖੋ ਨਾ ਜੀ ਮੈਂ ਅਕਸਰ ਇਹ ਨਹੀਂ ਕਹਿੰਦਾ ਕਿ ਵੀ ਮੈਂ ਕਿਸੇ ਦੀ ਬੁਰਾਈ ਨਹੀਂ ਬਿਆਨ ਕਰ ਰਿਹਾ ਮੇਰਾ ਮਕਸਦ ਇਹ ਨਹੀਂ ਕਿ ਕਿਸੇ ਦੀ ਬੁਰਾਈ ਬਿਆਨ ਕਰਨਾ ਗੱਲ ਕਰਨਾ ਸਿਰਫ ਮਕਸਦ ਇਹ ਹੈ ਕਿ ਫਿਰ ਦੋ ਬੰਦਿਆਂ ਕੋਲ ਮੇਰੇ ਵੇਖਣ 'ਚ ਅੱਜ ਕੱਲ੍ਹ ਬਚਣਾ ਚਾਹੀਦਾ ਦੋ ਬੰਦਿਆਂ ਕੋਲੋਂ ਇੱਕ ਜਿਹੜੀ ਅੱਜ ਕੱਲ੍ਹ ਦੀ ਬਿਲਕੁਲ ਯੰਗ ਨਸਲ ਹੈ ਜਿਹੜੀ ਵਨ ਮਿਲਣ ਵਗੈਰਾ ਵਗੈਰਾ ਔਰ ਜਿਹੜੇ ਅੱਜ ਇਸ ਵਕਤ ਦੇ ਵਿੱਚ ਬਿਲਕੁਲ ਬਜ਼ੁਰਗ ਦੇਖ ਲਓ ਉਮਰ ਬੰਦੇ ਹੁਣ ਮੈਂ ਰੋਡ ਜਾ ਰਿਹਾ ਸਾਂ ਡਿਊਟੀ 'ਤੇ ਹੁਣ ਇਹ ਦੇਖੋ ਤੁਸੀਂ ਦੇਖ ਰਹੇ ਹੋ ਨਾ ਕਿ ਇਹ ਹੁਣ ਕਿੰਨਾ ਡੇਢਾ ਤੁਹਾਨੂੰ ਦੂਸਰੀ ਸਾਈਡ 'ਤੇ ਵਿਖਾਉਣਾ ਬਾਬਾ ਜੀ ਰੋਡ ਕ੍ਰਾਸ ਕਰਦੇ ਪਏ ਨੇ ਅਤੇ ਰੋਡ ਕ੍ਰਾਸ ਕਰਦਾ ਕਰਦਾ ਬਾਬਾ ਜੀ ਨੇ ਇਹ ਨਹੀਂ ਵੇਖਿਆ ਕਿ ਜਿਹੜੀ ਸਾਈਡ 'ਤੇ ਮੈਂ ਕ੍ਰਾਸ ਕਰਨਾ ਪਹਿਲੇ ਉਹਨੂੰ ਤਾਂ ਦੇਖ ਲਵਾਂ ਬਾਬਾ ਜੀ ਨੇ ਅੱਗੋਂ ਕਾਰ ਆ ਰਹੀ ਸੀ ਅਤੇ ਕਾਰ ਨੇ ਹਾਰਨ ਦਿੱਤਾ ਡਿੰਫੁਲ ਦਿੱਤਾ ਅਤੇ ਬਾਬਾ ਜੀ ਥੋੜ੍ਹਾ ਜਿਹਾ ਮੱਠੇ ਹੋ ਗਏ ਲੇਕਿਨ ਜਿਹੜੀ ਸਾਈਡ 'ਤੇ ਰੋਡ ਕ੍ਰਾਸ ਕਰ ਰਹੇ ਸੀ ਉਹਨਾਂ ਨੇ ਉਹ ਨਹੀਂ ਵੇਖਿਆ ਕਿ ਮੈਂ ਕਿੱਧਰੋਂ ਦੀ ਗੁਜ਼ਰ ਰਿਹਾ ਕਾਰ ਕੋਲੋਂ ਬਚੇ ਬਾਬਾ ਜੀ ਮੇਰੇ ਅੱਗੇ ਚੜ ਗਿਆ ਦੇਖੋ ਜਦਕਿ ਇਹ ਹੁਣ ਇੱਧਰਲੀ ਸਾਈਡ 'ਤੇ ਵੇਖ ਰਿਹਾ ਉਹ ਕਿੱਥੇ ਹੈ ਔਰ ਇੱਧਰਲੀ ਸਾਈਡ 'ਤੇ ਕਿੱਥੇ ਹੈ ਜਦਕਿ ਇਹਨੂੰ ਇਸ ਚੀਜ਼ ਨੂੰ ਇੱਥੇ ਹੋਣਾ ਚਾਹੀਦਾ ਸੀ ਇਹ ਜਗ੍ਹਾ 'ਤੇ ਔਰ ਦੇਖੋ ਕਿ ਇਹ ਚੈੱਕ ਕਰੋ ਕਿੱਥੇ ਨਾਲ ਲੱਗਾ ਪਿਆ ਜਦਕਿ ਇਹ ਜਿਹੜਾ ਨਾ ਕਿਤੇ ਇਸ ਤਰ੍ਹਾਂ ਸਿੱਧਾ ਹੁੰਦਾ ਇਹ ਡੇਟਾ ਔਰ ਇਸ ਜਗ੍ਹਾ 'ਤੇ ਹੁੰਦਾ ਠੀਕ ਹੈ ਇਹ ਦੇਖ ਰਿਹਾ ਨਾ ਨਾਟਕ ਬਸ ਮੈਨੂੰ ਤਾਂ ਜਦੋਂ ਵੀ ਫੈਟ ਟੱਕਰਿਆ ਨਾ ਬਜ਼ੁਰਗ ਹੀ ਟੱਕਰੇ ਆ ਲੇਕਿਨ ਮੈਂ ਔਰ ਗੱਲ ਕੋਈ ਨਹੀਂ ਕੀਤੀ ਮੈਂ ਇੰਨਾ ਹੀ ਗੱਲ ਕਹੀ ਮੈਂ ਕਿਹਾ ਬਜ਼ੁਰਗ ਕੁਛ ਤਾਂ ਖਿਆਲ ਕਰੋ ਪਿੱਛੇ ਮਾਈ ਇੱਕ ਬੇਟੀ 'ਚ ਕਹਿੰਦੀ ਉਹ ਸਰੈਕੀ ਸਨ ਕਹਿੰਦੇ ਬੱਚਾ ਬੱਚਾ ਕੋਈ ਨਹੀਂ ਖੈਰ ਬਚਾ ਸੀਗੇ ਮੈਂ ਬਚਾ ਤਾਂ ਸੀਗੇ ਲੇਕਿਨ ਕਮ ਰੋਡ ਕ੍ਰਾਸ ਕਰ ਰਹੇ ਹੋ ਕੁਛ ਤਾਂ ਖਿਆਲ ਕਰੋ
More moments later. ਤੁਸੀਂ ਆ ਮਰਸਾਲ ਨੂੰ ਚੈੱਕ ਕਰਿਓ ਜਰਾ, ਇਹਦੀ ਰੇਸ ਪੁੱਠੀ ਹੋ ਗਈ, ਪੁੱਠੀ ਚੱਲਦੀ ਪਈ ਇੱਧਰ ਨੂੰ। ਡਿਊਟੀ 'ਤੇ ਜਾ ਰਿਹਾ ਸਾਂ, ਮੈਨੂੰ ਸਗੋਂ ਮੁੜ ਕੇ ਦੀ ਹੋਇਆ ਤਾਂ ਮਜ਼ੀਦ ਹੋਰ ਲੇਟ ਹੋਣਾ ਪਿਆ ਰਸਤੇ ਦੇ ਵਿੱਚ, ਕਿਉਂਕਿ ਪੁੱਠਾ ਹੱਥ ਹੈ ਨਾ। ਪਤਾ ਨਹੀਂ ਕੋਈ ਨਿਆਣਿਆਂ ਨੇ ਕੋਈ ਹਰਕਤ ਕੀਤੀ ਕੀ ਹੋਇਆ, ਨਿਆਣੇ ਉਹ ਹੁਣ ਹੱਥ ਗਿਜਿਆ ਤਾਂ ਬੰਦੇ ਦਾ ਸਿੱਧਾ, ਅਤੇ ਉਹ ਨਾ ਬੜਾ ਅਜੀਬ ਜਿਹਾ ਲੱਗਦਾ। ਪੁੱਠੀ ਘੁਮਾਓ ਤਾਂ ਫਿਰਦੀ ਹੈ ਤਾਂ ਸਿੱਧੀ ਹੋ ਗਈ। ਅਸਲਾਮ ਅਲੈਕੁਮ। ਵਾਲੇਕੁਮ ਸਲਾਮ ਮੀਆਂ ਸਾਹਿਬ, ਮੈਂ 10 ਮਿੰਟ ਲੇਟ ਆਵਾਂਗਾ, ਮੋਟਰਸਾਈਕਲ ਮੇਰਾ ਖਰਾਬ ਹੋ ਗਿਆ ਰਾਹ ਦੇ ਵਿੱਚ, ਮੈਂ ਠੀਕ ਕਰਾ ਰਿਹਾ, ਠੀਕ ਕਰਾ ਕੇ ਤੇ ਫਿਰ ਮੈਂ ਆਉਂਦਾ। ਠੀਕ ਹੈ, ਬਾਕੀ ਆਣ ਕੇ ਦੱਸਣਾ ਸਾਰੀ ਸੂਰਤ ਹਾਲ ਫਿਰ। ਓਕੇ ਥੋੜ੍ਹੀ ਛੜੀ ਨੇ ਹੈ ਹੁਣ ਨਵੀਂ ਪਾਊ, ਨਿਆਣਿਆਂ ਦੇ ਪੈਸੇ ਕੋਈ ਪੁੱਠੇ ਕੰਮ ਦੇਣਾ, ਟੁੱਟਾ ਕੀ ਹੈ ਇਹਦਾ, ਟੁੱਟੀ ਕਿਹੜੀ ਚੀਜ਼ ਹੈ? ਅੱਛਾ ਅੱਛਾ ਅੱਛਾ, ਠੀਕ ਇਹ ਵਾਲਾ ਨਾ ਮਤਲਬ ਡਬਲ ਹੁੰਦਾ ਅਤੇ ਟੁੱਟ ਗਿਆ। ਚਲੋ ਹੁਣ ਨਵਾਂ ਪਾਉਂਦੇ ਹਾਂ ਫਿਰ। ਉਹ ਨਾ ਥੋੜੀ ਜਿਹੀ ਲੂਜ਼ ਹੈ ਸੀ, ਲੇਕਿਨ ਹੈ ਸਿੱਧੇ ਪਾਸੇ ਨੂੰ ਸੀ, ਹੁਣ ਤੇ ਸਾਰੀ ਪੁੱਠੀ ਹੋ ਗਈ ਸੀ, ਉਹਨੇ ਥੋੜੀ ਜਿਹੀ ਲੂਜ਼ ਹੈ ਸੀ ਲੇਕਿਨ ਉਹ ਹੈ ਸਿੱਧੇ ਪਾਸੇ ਨੂੰ ਸੀ। ਚਲੋ ਅੱਛਾ ਕੋਈ ਨਹੀਂ। ਕਿੰਨੇ ਪੈਸੇ ਜੀ? ਕੀਤੀ ਗਈ ਤਾਂ ਵੈਸੇ ਤਾਂ ਬਜ਼ੁਰਗਾਂ ਨੂੰ ਕਈ ਦਫ਼ਾ ਸੁਣਿਆ ਕਿ ਕਹਿੰਦੇ ਨੇ ਕਿ ਆਪਣਾ ਬਚਾਅ ਆਪ ਕਰੋ, ਕੋਈ ਮਤਲਬ ਕਿਸੇ ਦਾ ਖਿਆਲ ਨਹੀਂ ਕਰਦਾ, ਲੇਕਿਨ ਆਇਆ ਕਿ ਤੁਹਾਡਾ ਕੀ ਕਹਿਣਾ ਕਿ ਹਰ ਜਗ੍ਹਾ 'ਤੇ ਹਰ ਮਾਮਲੇ 'ਤੇ ਹਰ ਬੰਦਾ ਆਪਣਾ ਹੀ ਖਿਆਲ ਕਰੇ, ਦੂਸਰੇ ਬੰਦੇ 'ਚ ਕੋਈ ਜ਼ਿੰਮੇਵਾਰੀ ਨਹੀਂ ਹੈ ਕਿ ਆਇਆ ਕਿ ਉਹ ਵੀ ਕਿਸੇ ਦਾ ਖਿਆਲ ਕਰੇ। ਔਰ ਤੁਸੀਂ ਆਪਣੀ ਰਾਏ ਦੇਣੀ ਹੈ ਕਿ ਤੁਹਾਡੀ ਨਜ਼ਰ ਦੇ ਵਿੱਚ ਇਹਨਾਂ ਹਾਦਸਾਂ ਜਿਹੜੇ ਹਾਦਸੇ ਨੇ ਕਿਸ ਤਰ੍ਹਾਂ ਕੰਟਰੋਲ ਕੀਤਾ ਜਾ ਸਕਦਾ ਇਹਨਾਂ? ਮੇਰੇ ਦੇਖਣ ਦੇ ਵਿੱਚ ਇਹ ਹੈ ਕਿ ਹਰ ਬੰਦਾ ਆਪਣਾ ਹਰ ਬੰਦਾ ਕਿਸੇ ਦਾ ਖਿਆਲ ਕਰੇ। ਹੁਣ ਜਿਵੇਂ ਰੋਡ ਕ੍ਰਾਸਿੰਗ ਕਰਨੀ ਹੈ, ਰੋਡ ਕ੍ਰਾਸਿੰਗ ਕਰਨ ਦੇ ਟਾਈਮ 'ਤੇ ਟਾਈਮ ਜੁਕੇ ਜਿਵੇਂ ਕਿ ਚਾਚਾ ਖਲੋਤਾ ਸਾਹਮਣੇ ਰੋਡ ਕ੍ਰਾਸ ਕਰਨ ਦੀ ਖਾਤਰ, ਲੇਕਿਨ ਸਾਡੇ ਦੇਖ ਰਿਹਾ ਡਰਾਈਵਰ ਚਿੱਤਰ ਜੇ ਉਹ ਅਸੀਂ ਮੂੰਹ ਚੁੱਕ ਕੇ ਰੋਡ ਕ੍ਰਾਸ ਕਰ ਦਿੰਦਾ ਤਾਂ ਨੁਕਸਾਨ ਹੈ ਸਹੀ ਜਾਂ ਨਹੀਂ ਸੀ ਹੈ? ਮੇਰੀ ਵੀਡੀਓ ਤੁਹਾਨੂੰ ਕੈਸੀ ਲੱਗੀ? ਔਰ ਮੇਰੀ ਵੀਡੀਓ ਦੇ ਬਾਰੇ ਤੁਸੀਂ ਲਾਜ਼ਮੀ ਕਰਨਾ, ਵੀਡੀਓ ਅੱਛੀ ਲੱਗੀ ਤਾਂ ਲਾਈਕ ਕਰ ਦੇਣਾ। ਮਿਲਦੇ ਨਾ ਅੱਛੀ ਵੀਡੀਓ ਨਾਲ, ਤਾਂ ਆਪਣਾ ਖਿਆਲ ਰੱਖੋ। ਅੱਲਾ ਹਾਫਿਜ਼।